ਪ੍ਰੋਟੈਸਟ ਕਰਨ ਦਾ ਕਾਰਨ ਹੈ ਪਿਛਲੇ ਦਿਨੀ ਸਫਾਈ ਪ੍ਰਬੰਧਨ ਨੂੰ ਲੈ ਕੇ ਮਾਣਯੋਗ ਕਮਿਸ਼ਨਰ ਜੀ ਵੱਲੋਂ ਜਿਹੜੇ ਬਾਕੀ ਬ੍ਰਾਂਚਾਂ ਦੇ ਆਫੀਸਰਸ ਨੇ ਜੇਈ ਤੋਂ ਲੈ ਕੇ ਐਸਸੀ ਤੱਕ ਸਾਰਿਆਂ ਦੀ ਡਿਊਟੀ ਸਫਾਈ ਕਰਨ ਵਾਸਤੇ ਕੂੜਾ ਡੰਪ ਦੇਖਣ ਵਾਸਤੇ ਲਗਾ ਦਿੱਤੀ ਗਈ ਹੈ। ਉਹਦੇ ਵਿਰੋਧ ਵਿੱਚ ਅਸੀਂ ਕੱਲ੍ਹ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਡੇ ਜਿਹੜੇ ਬਾਕੀ ਬ੍ਰਾਂਚਾਂ ਦੇ ਆਫੀਸਰਸ ਨੇ ਉਹਨਾਂ ਨੂੰ ਸਫਾਈ ਦਾ ਕੋਈ ਤਜਰਬਾ ਨਹੀਂ ਹੈਗਾ, ਨਾ ਉਹਨਾਂ ਨੇ ਕੰਮ ਕੀਤਾ। ਹਰ ਸਰਕਾਰ ਨੇ ਹਰ ਆਫੀਸਰਸ ਦੀ ਨਿਯੁਕਤੀ ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਬ੍ਰਾਂਚ ਵਿੱਚ ਕੀਤੀ ਹੋਈ ਹੈ, ਬ੍ਰਾਂਚਾਂ ਬਣੀਆਂ ਹੋਈਆਂ ਨੇ, ਬ੍ਰਾਂਚਾਂ ਸਰਕਾਰ ਨੇ ਬਣਾਈਆਂ ਨੇ। ਜੇ ਸਫਾਈ ਦਾ ਪ੍ਰਬੰਧ ਹੈਲਥ ਬ੍ਰਾਂਚ ਕੋ ਆ ਤਾਂ ਹਰ ਵਾਰਡ ਵਿੱਚ ਸਫਾਈ ਸੇਵਕ ਨੇ, ਹਰ ਵਾਰਡ ਦੇ ਵਿੱਚ ਸੁਪਰਵਾਈਜ਼ਰ ਹੈ, ਹਰ ਵਾਰਡ ਦੇ ਵਿੱਚ ਸੈਂਟਰੀ ਇੰਸਪੈਕਟਰ ਹੈ, ਚੀਫ ਸੈਂਟਰੀ ਇੰਸਪੈਕਟਰ ਹੈ, ਉਹਨਾਂ ਦੇ ਉੱਤੇ ਹੈਲਥ ਆਫੀਸਰਸ ਨੇ, ਅਸਿਸਟੈਂਟ ਹੈਲਥ ਆਫੀਸਰਸ ਨੇ। ਅਗਰ ਉਹਨਾਂ ਨੂੰ ਲੱਗਦਾ ਕਿ ਉੱਥੇ ਕਿਸੇ ਕੰਮ ਦੇ ਵਿੱਚ ਕੋਈ ਕਮੀ ਪੇਸ਼ੀ ਆ ਤਾਂ ਉਹਨਾਂ ਦੀ ਰਾਏ ਲਈ ਜਾਵੇ ਹੈਲਥ ਆਫੀਸਰਸ, ਕਿਉਂਕਿ ਉਹਨਾਂ ਦੀ ਬ੍ਰਾਂਚ, ਉਹਨਾਂ ਦੀ ਫੀਲਡ ਆ। ਅਗਰ ਉਹਨਾਂ ਨੂੰ ਮਸ਼ੀਨਰੀ ਚਾਹੀਦੀ ਆ ਤਾਂ ਉਹਨਾਂ ਨੂੰ ਮਸ਼ੀਨਰੀ ਪ੍ਰੋਵਾਈਡ ਕਰਾਈ ਜਾਵੇ, ਅਗਰ ਉਹਨਾਂ ਨੂੰ ਮੈਨ ਪਾਵਰ ਚਾਹੀਦੀ ਆ ਤਾਂ ਉਹਨਾਂ ਨੂੰ ਆਊਟਸਾਈਡਸ ਰਾਹੀਂ ਮੈਨ ਪਾਵਰ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਕੰਮ ਸੁਚੱਜੇ ਤਰੀਕੇ ਨਾਲ ਕਰ ਸਕਣ। ਇੱਦਾਂ ਹੁਣ ਤੁਸੀਂ ਪ੍ਰੋਪਰਟੀ ਟੈਕਸ ਜਾਂ ਵਾਟਰ ਸਪਲਾਈ ਦੇ ਸੁਪਰਡੈਂਟ ਨੂੰ ਜਾਂ ਐਸਸੀ ਓਐਂਡਐਮ ਜਾਂ ਬੀਐਂਡਆਰ ਨੂੰ ਕੂੜੇ ਪ੍ਰਬੰਧਨ 'ਚ ਲਾ ਦੋਗੇ ਤਾਂ ਉਹਨੂੰ ਤਾਂ ਕੋਈ ਤਜਰਬਾ ਹੀ ਨਹੀਂ, ਉਹ ਆਪਣੀ ਫੀਲਡ 'ਚ ਤਾਂ ਬਿਹਤਰ ਕੰਮ ਕਰ ਸਕਦਾ, ਸਫਾਈ ਦੇ ਤਾਂ ਉਹਨੂੰ ਪਤਾ ਹੀ ਨਹੀਂ। ਸੋ ਅਸੀਂ ਇਹੀ ਬੇਨਤੀ ਗੱਲ ਕੀਤੀ ਸੀ ਵੀ ਸਰ ਸਾਨੂੰ ਕਿਸੇ ਨੂੰ ਕੋਈ ਤਜਰਬਾ ਨਹੀਂ, ਸਾਨੂੰ ਆਪਣੀ ਬ੍ਰਾਂਚ ਦਾ ਕੰਮ ਤੁਸੀਂ ਜੋ ਮਰਜ਼ੀ ਦਿਓ, ਅਸੀਂ ਕਰਨ ਨੂੰ ਤਿਆਰ ਬੈਠੇ ਹਾਂ। ਮੈਂ ਤਾਂ ਉਹੀ ਕਿਹਾ ਕਿ ਸਾਡੇ ਬਾਕੀ ਅਦਰਸ ਡਿਪਾਰਟਮੈਂਟ ਸਾਰੇ ਸਫ਼ਰ ਕਰਨਗੇ, ਉਹਨਾਂ ਦੀ ਰਿਕਵਰੀ ਸਫ਼ਰ ਕਰੇਗੀ, ਪਰਫੋਰਮੈਂਸ ਸਫ਼ਰ ਕਰੇਗੀ, ਪਬਲਿਕ ਹਰਾਸ ਹੋਏਗੀ। ਹੁਣ ਜੇ MTP ਬ੍ਰਾਂਚ ਸਫਾਈ ਦੇਖੇਗੀ ਕਿ ਉਹ ਨਕਸ਼ੇ ਦੀ ਦੇਖੇਗੀ ਜਾਂ ਆਪਣੀ ਇਨਫੋਰਸਮੈਂਟ ਕਰੇਗੀ, ਡਬਲ ਡਬਲ ਟ੍ਰਿਪਲ ਟ੍ਰਿਪਲ ਭਾਰ ਪਾਓਗੇ। ਸਾਡੇ ਕਈ ਆਫੀਸਰਸ ਪਿਛਲੇ ਦਿਨੀ ਸੁਪਰਡੈਂਟ ਭੁਪਿੰਦਰ ਸਿੰਘ ਦੀ ਡੈਥ ਹੋ ਗਈ ਹੈ, ਇੱਕ ਇੰਸਪੈਕਟਰ ਨੂੰ ਹਾਰਟ ਅਟੈਕ ਆ ਗਿਆ, ਵੀ ਇੰਨੇ ਜ਼ਿਆਦਾ ਸਟ੍ਰੈਸ ਵਿੱਚ ਕੰਮ ਕੀਤਾ ਜਾਣਾ ਬੜਾ ਔਖਾ, ਕਿਉਂਕਿ ਸਾਰੇ ਨੌਕਰੀ ਦੇ ਨਾਲ ਫੈਮਿਲੀ ਮੈਨ ਵੀ ਹੈ, ਉਹਨਾਂ ਦੀ ਪਰਿਵਾਰ ਪ੍ਰਤੀ ਵੀ ਜ਼ਿੰਮੇਵਾਰੀਆਂ। ਬਿਲਕੁਲ ਪਏਗਾ, ਜਦੋਂ ਆਪਾਂ ਹੁਣ ਇੱਕ ਸਰਕਾਰ ਨੇ ਹੀ ਨਿਯੁਕਤੀ ਕੀਤੀ ਹੈ ਇੱਕ SDO ਦੀ ਜਾਂ ਇੱਕ JEE ਦੀ ਜਾਂ ਇੱਕ SC ਦੀ, ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਦੇ ਨਾਲ ਉੱਦਾਂ ਹੀ ਵੈਕੈਂਸੀਆਂ ਨਿਕਲਦੀਆਂ, ਉਹਨਾਂ ਨੂੰ ਉਸੇ ਬ੍ਰਾਂਚ ਵਿੱਚ ਲਾਇਆ ਜਾਂਦਾ, ਫਿਰ ਆਪਾਂ ਕਿੱਦਾਂ ਸਾਰਾ ਕੁਛ ਰਲ ਗੱਡ ਕਰ ਸਕਦੇ। ਕੱਲ੍ਹ ਨੂੰ ਸੈਂਟਰੀ ਇੰਸਪੈਕਟਰ ਮੰਗ ਕਰਨਗੇ ਸਾਨੂੰ ਬਿਲਡਿੰਗ ਇੰਸਪੈਕਟਰ ਲਾਇਆ ਜਾਵੇ, ਕੀ ਆਪਾਂ ਲਾਵਾਂਗੇ? ਜੇ ਮੰਨ ਲਓ ਬਿਲਡਿੰਗ 'ਚ ਕੰਮ ਦੇ ਵਿੱਚ ਨਹੀਂ ਵਧੀਆ ਪਰਫੋਰਮੈਂਸ ਆਉਂਦੀ ਜਾਂ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਇਹ ਥੋੜ੍ਹੀ ਵੀ ਸਫਾਈ ਵਾਲੇ ਚੱਕ ਕੇ ਸਾਰੇ ਬਿਲਡਿੰਗ 'ਚ ਲਾ ਦੇਵਾਂਗੇ। ਦੇਖੋ, ਅਸੀਂ ਕੱਲ੍ਹ ਬੇਨਤੀ ਉਹਨਾਂ ਨੂੰ ਕਰ ਦਿੱਤੀ ਸੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਵੀ ਸਰ ਇਹ ਕੰਮ ਨਹੀਂ ਹੋਣਾ ਸਾਡੇ ਕੋਲੋਂ, ਸਾਡੇ 'ਤੇ ਆਲਰੇਡੀ ਸਾਡੀਆਂ ਆਪਣੀਆਂ ਬ੍ਰਾਂਚਾਂ ਦੀ ਬਹੁਤ ਜ਼ਿਆਦਾ ਪ੍ਰੈਸ਼ਰ ਹੈ, ਅਸੀਂ ਉੱਥੇ ਵੀ ਪਰਫੋਰਮੈਂਸ ਦਿਖਾਉਣੀ ਹੈ, ਦੂਜਾ ਸਾਨੂੰ ਤਜਰਬਾ ਹੀ ਨਹੀਂ ਸਫਾਈ ਦਾ, ਆਪਾਂ ਕੀ ਕਰਾਂਗੇ ਜਾ ਕੇ? ਇਹ ਤਾਂ ਉਲਝਣ ਵਾਲੀ ਗੱਲ ਹੈਗੀ ਹੈ। ਸੋ ਜੇ ਨਹੀਂ ਹੋਏਗਾ ਤਾਂ ਅਸੀਂ ਮਜਬੂਰਨ ਸਾਨੂੰ ਹੜਤਾਲ 'ਤੇ ਬੈਠਣਾ ਪਏਗਾ, ਅਸੀਂ ਬੈਠੇ ਹਾਂ, ਜਦ ਤੱਕ ਆਰਡਰ ਵਿਦਡਰਾ ਨਹੀਂ ਹੋਣਗੇ ਅਸੀਂ ਸਾਰੇ ਜਣੇ ਕੰਮ ਨਹੀਂ ਕਰਾਂਗੇ।